ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਕਰਨ ਜਾ ਰਹੇ ਹਾਂ ਪ੍ਰਮਾਣਿਕ ਸੰਗੀਤ ਲਿਪੀ ਭਾਸ਼ਾ ਭਾਗ ਦੀ ਬੁੱਕ ਦੇ ਵਿੱਚੋਂ 22 ਨੰਬਰ ਐਕਸਰਸਾਈਜ਼। ਠੀਕ ਹੈ, ਆਪਦੀ ਨੋਟਪੈਡ ਤੇ ਲਾਈਨਾਂ ਮਾਰਨੀਆਂ, ਦੋ ਲਾਈਨ ਦੀ ਨੋਟਪੈਡ ਦੇ ਤਿੰਨ ਹਿੱਸੇ ਕਰ ਲੈਣੇ ਆ, ਏਰੀਆ ਘਟਾਉਣਾ ਆ। ਜਦੋਂ ਏਰੀਆ ਆਪਾਂ ਘਟਾਵਾਂਗੇ ਸਪੀਡ ਆਪਣੇ ਆਪ ਬਣ ਜਾਣੀ ਆ। ਇਸ ਪੈਰ ਨੂੰ ਰਿਪੀਟ ਲਿਖਣਾ ਆ, ਤੁਹਾਡੇ ਤੋਂ ਹੁਣ ਨਹੀਂ ਲਿਖਿਆ ਜਾਣਾ, ਪਹਿਲਾ ਪੈਰ ਆਪਣਾ ਹੈਗਾ, ਪਹਿਲੀ ਵਾਰ ਲਿਖਣ ਲੱਗੇ, ਇਸ ਕਰਕੇ ਰਿਪੀਟ ਕਰਨਾ ਇਹਨੂੰ, ਜਿੰਨਾ ਰਿਪੀਟ ਹੋਊਗਾ ਵੱਧ ਤੋਂ ਰਿਪੀਟ ਕਰਨਾ, ਪੂਰਾ ਪੈਰਾ ਲਿਖਣਾ ਆ। ਖਤਮ ਹੋਣ ਤੋਂ ਬਾਅਦ ਉਹਨੂੰ ਫਿਰ ਲਾ ਲੈਣਾ, ਉਹਨੂੰ ਰੋਕਣਾ ਨਹੀਂ ਹੈਗਾ, ਪੌਜ਼ ਕਰਕੇ ਲਿਖਣਾ ਪੂਰਾ ਰਿਪੀਟ। ਹੁਣ ਤੋਂ ਖਤਮ ਹੋਣ ਤੋਂ ਬਾਅਦ ਦੁਬਾਰਾ ਫੇਰ ਸਟਾਰਟ ਕਰ ਲੈਣਾ, ਭਾਵੇਂ 10 ਵਾਰ ਲਿਖਣਾ ਪੈ ਜਾਵੇ, 15 ਲਿਖਣਾ ਪੈ ਜਾਵੇ, ਲਿਖੋ, ਰਿਪੀਟ ਲਿਖੋ, ਉਹਦੇ ਨਾਲ ਸਪੀਡ ਬਣਨੀ ਆ। ਰੋਕ ਕੇ ਨਹੀਂ ਲਿਖਣਾ ਅਤੇ ਉਹ ਉਸ ਜਗ੍ਹਾ 'ਤੇ ਰੋਕ ਕੇ ਵਾਪਸ ਨਹੀਂ ਕਰਨਾ ਹੈਗਾ, ਪੂਰਾ ਕੰਪਲੀਟ ਹੋਣ ਤੋਂ ਬਾਅਦ ਰਿਪੀਟ ਕਰਨਾ ਉਹਨੂੰ। ਠੀਕ ਹੈ, ਥੋੜ੍ਹੇ ਪਾ ਜਦੋਂ 5-7 ਵਾਰੀ ਰਿਪੀਟ ਹੋਊਗਾ ਅਤੇ ਆਪਣੇ ਆਪ ਲਿਖਿਆ ਜਾਊਗਾ ਅਤੇ ਲਿਖਦੇ ਹਾਂ ਆਪਾਂ, ਅਤੇ ਜਦੋਂ ਲਿਖਿਆ ਗਿਆ 10 ਵਾਰੀ ਲਿਖਣ ਤੋਂ ਬਾਅਦ ਜੋ ਸਹੀ ਲਿਖਿਆ ਗਿਆ ਉਦੋਂ ਆਪਾਂ ਟਾਈਪ ਕਰਨਾ, ਕੰਪਿਊਟਰ 'ਤੇ, ਕੰਪਿਊਟਰ 'ਤੇ ਰਾਵੀ ਫੌਂਟ ਦੇ ਵਿੱਚ ਟਾਈਪ ਕਰਨਾ ਹੈ। ਠੀਕ ਹੈ, ਲਿਖੋ ਜੀ। ਹਾਂਜੀ, ਇਹ ਤਜਵੀਜ਼ ਕੀਤਾ ਜਾ ਰਿਹਾ ਹੈ ਕਿ ਦੇਸ਼ ਦੇ ਮਸ਼ਹੂਰ ਰੋਜ਼ਾਨਾ ਅਤੇ ਸਪਤਾਹਿਕ ਰਸਾਲਿਆਂ ਦੇ ਸਮੂਹ ਲੇਖਕਾਂ ਦਾ ਇੱਕ ਸਪੈਸ਼ਲ ਸਮਾਗਮ ਕੀਤਾ ਜਾਏ ਡੰਡੀ। ਇਸ ਸਮਾਗਮ ਵਿੱਚ ਇਸ ਮਾਮਲੇ 'ਤੇ ਸੰਖੇਪ ਬਹਿਸ ਵੀ ਕੀਤੀ ਜਾਏਗੀ ਕਿ ਸਿੱਖਿਆਰਥੀਆਂ ਵਿੱਚ ਸੱਭਿਆਚਾਰਕ ਕੰਮਾਂ ਲਈ ਉਤਸ਼ਾਹ ਵਧਾਉਣਾ ਅਤੇ ਉਹਨਾਂ ਦੀ ਮਾਨਸਿਕ ਅਵਸਥਾ ਵਿੱਚ ਪੈਦਾ ਹੋਏ ਅਸੰਤੋਸ਼ ਨੂੰ ਘਟਾਇਆ ਜਾਣਾ ਚਾਹੀਦਾ ਹੈ। ਰੰਡੀ, ਇਹ ਮਾਨਸਿਕ ਬੇਚੈਨੀ ਦੇਸ਼ ਦੇ ਲਗਭਗ ਸਾਰੇ ਸ਼ਹਿਰਾਂ ਵਿੱਚ ਵੱਧ ਰਹੀ ਹੈ। ਰੰਡੀ, ਬੇਸ਼ੱਕ ਇਹ ਤਸਦੀਕ ਨਹੀਂ ਹੋ ਸਕਿਆ ਕਿ ਇਹ ਬੇਚੈਨੀ ਕਿੰਨਾ ਕਿੰਨਾ ਸ਼ਹਿਰਾਂ ਵਿੱਚ ਜ਼ਿਆਦਾ ਵੱਧ ਚੁੱਕੀ ਹੈ। ਡੰਡੀ, ਇਸ ਮਾਮਲੇ 'ਤੇ ਸਮੂਹਿਕ ਰੂਪ ਵਿੱਚ ਇੱਕ ਮੁਹਿੰਮ ਚਾਲੂ ਕੀਤੀ ਜਾਏਗੀ ਤਾਂ ਜੋ ਸਿੱਖਿਆਰਥੀਆਂ ਵਿੱਚ ਵੱਧ ਰਹੇ ਬੇਚੈਨੀ 'ਤੇ ਕਾਬੂ ਪਾਇਆ ਜਾ ਸਕੇ। ਡੰਡੀ, ਇਸ ਤੋਂ ਪਿੱਛੋਂ ਇਸ਼ਤਿਹਾਰਾਂ ਰਾਹੀਂ ਵੀ ਆਮ ਲੋਕਾਂ ਨੂੰ ਲੋੜੀਂਦੇ ਸੂਚਨਾ ਦਿੱਤੇ ਜਾਏਗੀ ਅਤੇ ਅਜਿਹੇ ਬੇਚੈਨੀ ਤਾਂ ਹੀ ਮੁੱਕ ਸਕਦੀ ਹੈ ਜੇ ਇਸ ਸੰਗਰਾਮ ਵਿੱਚ ਸੰਗਠਿਤ ਰੂਪ ਵਿੱਚ ਹਿੱਸਾ ਪਾਇਆ ਜਾਏ। ਡੰਡੀ, ਇਸ ਮਾਮਲੇ ਬਾਰੇ ਵਿਦਵਾਨਾਂ ਪਾਸੋਂ ਵੱਖ ਵੱਖ ਭਾਸ਼ਾਵਾਂ ਵਿੱਚ ਲੇਖ ਲਿਖਵਾ ਕੇ ਛੁਪਵਾਏ ਜਾਣਗੇ ਤਾਂ ਜੋ ਸਿੱਖਿਆਰਥੀਆਂ ਦੀ ਇਹ ਮਾਯੂਸੀ ਘਟਾਈ ਜਾ ਸਕੇ। ਡੰਡੀ, ਲਓ ਜੀ, ਇਹ ਪਰ ਆਪਣਾ ਪਹਿਰਾ ਸੀਗਾ 22 ਨੰਬਰ ਪ੍ਰਮਾਣਿਕ ਸੰਗੀਤ ਕਿਰਤੀ ਬੁੱਕ ਦੇ ਵਿੱਚੋਂ। ਇਹਨੂੰ ਰਿਪੀਟ ਲਿਖਣਾ ਹੈ, ਜਿਹਦੇ 'ਚ ਸਾਫ ਸਾਫ ਨਹੀਂ ਲਿਖਿਆ ਜਾਂਦਾ ਉਹਨੂੰ ਰਿਪੀਟ ਕਰਦੇ ਰਹਿਣਾ। ਰਾਈਟਿੰਗ ਨਹੀਂ ਵਿਗੜਨੀ ਚਾਹੀਦੀ, ਜੇ ਅੱਖਰ ਨਹੀਂ ਲਿਖੇ ਜਾ ਰਹੇ ਤਾਂ ਉਹਦੇ ਪਿੱਛੇ ਭੱਜਣਾ ਨਹੀਂ ਹੈਗਾ। ਰਾਈਟਿੰਗ ਨਹੀਂ ਵਿਗੜਨ ਦੇ ਜਿਹੜੀ ਅੱਖਰ ਰਹਿੰਦੇ ਰਹਿ ਜਾਣ, ਕੋਈ ਚੱਕਰ ਨਹੀਂ ਹੈਗਾ, ਉਹਨੂੰ ਰਿਪੀਟ ਲਿਖਾਂਗੇ। ਜਦੋਂ ਵਾਰੀ ਵਾਰ ਲਿਖਾਂਗੇ ਤਾਂ ਆਪਣੇ ਆਪ ਹੀ ਉਹ ਲਿਖਿਆ ਜਾਣ ਲੱਗ ਪਊਗਾ। ਜੋ ਸਾਫ ਸਾਫ ਲਿਖਿਆ ਫਿਰ ਉਹਨੂੰ ਕੰਪਿਊਟਰ 'ਤੇ ਆਪਾਂ ਰਾਵੀ ਫੌਂਟ ਦੇ ਵਿੱਚ ਟ੍ਰਾਂਸਕ੍ਰਿਪਟ ਕਰਨਾ। ਠੀਕ ਹੈ, ਥੈਂਕ ਯੂ।